ਇਆ ਕਸ਼ਮੀਰ ਜਮੂਏ ਉਨਤਿਸ਼ ਚੰਦਰਕੰਨ ਸ਼ਰਮਾ ਕੋਲ ਖਬਰਾਂ ਸੁਨੋ ਪਹਿਲੇ ਮੁੱਖ ਖਬਰਾਂ ਮੁਲਖਾ ਜੇ ਅਜੇ ਤਮਕਰੇਲੂ ਅਵਾਇਡ ਵਾਰੀਆਂ ਅਦੇ ਦਬੇ ਤੋਂ ਉਪਰ ਸ਼ੁਰੂ ਹੋਰ ਦਿਨ ਯਾਤਰੀਆਂ ਦੇ ਪੂਰੇ ਚੱਲੇ ਸੁਰੱਖਿਤ ਢੰਗ ਅਸਰ ਆਉਣੇ ਜਾਣੇ ਲਈ ਲੋੜ ਚਦੇ ਸਭੇ ਬੰਦੋਬਸਤ ਕੱਲ ਤੇਗੇ ਦਿਨ ਜੰਮੂ ਕਸ਼ਮੀਰ ਸਰਕਾਰ ਨੇ ਲਾਕਡਾਊਨ ਦੇ ਚਲਦੇ ਮੁਲਖਾ ਦੇ ਬਕਵਕ ਇਸ ਵਿੱਚ ਫਸੇ ਦੇ 99000 ਕੁਲ ਮਤੇ ਨਾਗਰਿਕਾਂ ਕੀ ਵਾਪਸ ਆਈ ਹੈ ਜੰਮੂ ਕਸ਼ਮੀਰ ਚ ਕੋਵਿਡ 19 ਦੇ ਪੁੰਜਾ ਹੋਰ ਮਾਮਲੇ ਸਾਹਮਣੇ ਆਏ ਅਜੇ ਤੋੜੀ ਇੱਕੀ ਜਨੇ ਦੀ ਮੌਤ 809 ਜਨੇ ਰੋਇਓ ਗਿਨੇ ਪਿਛਲੇ 24 ਘੰਟੇ ਦੌਰਾਨ ਮੁਲਖਾ ਚ ਕੋਰੋਨਾ ਵਾਇਰਸ ਦੇ 6970 ਹੋਰ ਮਾਮਲੇ ਸਾਹਮਣੇ ਆਏ ਕੁੱਲ ਗਿਣਤਰੀ 138845 ਪਹੁੰਚ ਗਿਆ ਹੈ ਠੀਕ ਹੋਣ ਵਾਲੇ ਦੀ ਦਰ 41.28% ਹੋ ਗਈ ਹੈ ਮੁਲਕ ਪਰ ਅਜੇ ਇਦੁਲ ਫਿਤਰ ਦਾ ਤਿਯਾਰ ਅਜ ਬਨਾਇਆ ਜਾ ਰਿਹਾ ਹੈ ਰਾਸ਼ਟਰਪਤੀ ਉਪਰਾਸ਼ਟਰਪਤੀ ਤੇ ਪ੍ਰਧਾਨ ਮੰਤਰੀਓ ਨੇ ਇਸ ਮੌਕੇ ਪਰ ਲੋਕਾਂ ਕੀ ਸ਼ੁਭ ਕਾਮਨਾ ਦਿੱਤੀਆਂ ਹਨ ਔਨ ਖਬਰਾਂ ਦੀ ਤਫਸੀਲ ਕਰਨੇ ਜਗਬੂਨ ਸ਼ਰਮਾ ਮੁਲਖਾਚ ਅਜੇ ਧਮਾ ਕਰੇ ਲਡਵਾਰੀਆਂ ਮਹਲੇਵਾਰ ਟੰਗੈ ਕਨੇ ਸ਼ੁਰੂ ਹੋ ਜਾਣਗਨ ਭਾਰਤੀ ਵਿਮਾਨ ਪਤਨ ਪ੍ਰਾਧਿਕਰਨ ਦੇ ਚੇਅਰਮੈਨ ਅਰਵਿੰਦ ਸਿੰਘ ਨੇ ਆਕਾਸ਼ਵਾਣੀ ਗਿਦਸ ਅਜੇ ਡਵਾਰੀਆਂ ਚਲਾਣੇ ਲਈ ਦੇਸ਼ਾ ਦੇ ਸਾਰੇ ਵਾਇਅਡੇ ਪੂਰੀ ਚਾਲਿਤਿਆ ਨ ਉਹਨਾਂ ਦਸਿਆ ਜੇ ਕੋਵਿਡ ਦੀ ਲਾਗ ਸਾਂ ਬਚਾਓ ਦੇ ਸਾਰੇ ਲਈ ਕਿਤੇਗੇ ਦਿਨ ਤੇ ਦੇਸ਼ਾ ਚ ਲਾਕਡਾਊਨ ਦੌਰਾਨ ਲਗਭਗ 2 ਮਹੀਨੇ ਤੱਕ ਵਿਮਾਨ ਸੇਵਾ ਸਥगित ਕਰਨੇ ਮਗਰਾ ਇਸੀ ਮਹਲੇਵਾਰ ਟੰਗੈ ਸਰ ਅੱਜ ਸ਼ੁਰੂ ਕੀਤਾ ਜਾ ਰਿਹਾ ਹੈ ਵਾਇਅਡੇ ਤੇ ਜਾ ਜੇਂਦਰ ਸੰਕਰਮਣ ਸ਼ਾ ਬਚਾ ਲੈ ਸਾਰੇ ਜ਼ਰੂਰੀ ਪ੍ਰਬੰਧ ਸੁਨਿਸ਼ਚਿਤ ਕੀਤੇ ਜਾ ਜਨੇ ਸਕ੍ਰੀਨਿੰਗ ਦੌਰਾਨ ਜਿਨੇ ਲੋਕਿੰਚ ਕੋਵਿਡ ਦੇ ਮਾਮੂਲੀ ਲੱਛਣ ਦਿਪਾਏ ਜਾਂਦੇ ਨੇ ਉਹਨੇ ਕੀ ਫੌਰੀ ਤਰ੍ਹਾਂ ਪਰ ਬਖਰਾ ਰੱਖਣ ਦੀ ਵਿਵਸਥਾ ਹੋਗ ਗੰਭੀਰ ਸੰਕਰਮਣ ਵਾਲੇ ਵਿਅਕਤੀਆਂ ਕੀ ਕੋਵਿਡ 19 ਦੇ ਇਲਾਜ ਲਈ ਬਣਾਏ ਗੇ ਦੇ ਵਿਸ਼ੇਸ਼ ਕੇਂਦਰ ਵਿੱਚ ਭੇਜ ਦਿੱਤਾ ਜਾ ਦਿੱ। ਦਿੱਲੀ ਵਾਇ ਅਡੇਸ਼ਾ ਅਜੰਤ ਯਾਤਰੀ ਵਿਮਾਨੇ ਦੀਆਂ ਟਰਮੀਨਲ ਤ੍ਰੈਸ਼ਾ ਡਵਾਰੀਆਂ ਚਲਾਈਆਂ ਜਾਂਗਨ। ਜਮੂ ਕਸ਼ਮੀਰ ਸਰਕਾਰ ਐ ਅਜਨ ਤੁਹਾਡੀ ਮੁਲਕਾ ਦੇ ਬਾਕ-ਬਾਕ ਇਸ ਸੈਂਟਰ ਡਕੋਏ ਦੇ 99000 ਕੋਲਾ ਮਤੇ ਨਾਗਰਿਕਾਂ ਕੀ ਵਾਪਸ ਲਿਆੰਦਾ ਹੈ। ਕਈ ਕੋਵਿਡ ਸਪੈਸ਼ਲ ਰੇਲ ਗੱਡੀਆਂ ਚਾਰ ਵਾੜੀਆਂ ਤੇ ਕਈ ਬੱਸਾਂ ਰਾਏ ਵਾਪਸ ਜੰਮੂ ਕਸ਼ਮੀਰ ਆਂਦੇਗੇ ਦੇ ਇਥੋਂ ਦੇ ਬਸ ਨੀਕੇ ਦੀ ਕੁੱਲ ਗਿੰਦਰੀ ਕੱਲ ਸ਼ਾਮੀ ਦਾ ਕਰ 9773 ਹੋਏਗੀ ਇਸ ਦੌਰਾਨ ਜਾਰੀ ਹਦਾਇਤਾਂ ਦੀ ਸਖਤੀ ਨੇ ਪਾਲਮਾ ਕੀਤੀ ਜਾਰਦੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਅਜੇ ਤੋੜੀ 3097 ਲੋਕਾਂ ਦੀ 28 ਕੋਵਿਡ ਸਪੈਸ਼ਲ ਰੇਲ ਗੱਡੀਆਂ ਰਾਹੀਂ ਜੰਮੂ ਤੇ ਉਦਮਪੁਰ ਤੋੜੀ ਪੁਜਾਇਆ ਗਿਆ 6024 ਲੋਕਾਂ ਦੀ ਸੜਕਾਂ ਰਾਹੀਂ ਲਖਨਪੁਰ ਵਾਲੇ ਰਸਤੇ ਇੱਥੇ ਪੁਜਾਇਆ ਗਿਆ ਇੱਥੇ ਪੁਜਣ ਦੇ ਬਾਅਦ ਵੀ ਬਾਕਾਇਦਾ ਇਹਨੇ ਲੋਕਾਂ ਦੀ ਲੋਟਸ ਦੀ ਜਾਂਚ ਕਰਨ ਦੇ ਬਾਅਦ ਗਏ ਉਹਨੇ ਕੀ ਪ੍ਰਸ਼ਾਸਨਿਕ ਜਾਂ ਕਰੇ ਲੋ ਕੁਆਰੰਟਾਈਨ ਚ ਭੇਜਿਆ ਜਾਂਦਾ ਹੈ ਤੇ 12 ਆਉਣ ਵਾਲੇ ਹਰ ਇੱਕ ਆਦਮੀ ਦੇ ਕਰੋਨਾ ਦੀ ਜਾਂਚ ਲਈ ਨਮੂਨੇ ਲੈਤੇ ਜਾ ਕਰਦੇ ਨੇ गृह मंत्रालय ने इस बीच बी3 घी कोविड-19 दी रोकथाम ਲਈ ਲਾਇਗੇ ਦੇ ਲਾਕਡਾਊਨ ਦੌਰਾਨ ਵਾਹ ਯਾਤਿਆਦ ਕੇ ਚਲਾਣ ਦੇ ਸਹੂਲਤ ਲਈ ਦਿਸ਼ਾ ਨਿਰਦੇਸ਼ਾਂ ਚ ਤਰਮੀਮ ਕੀਤੀ ਹੈ। ਘਰੇ ਲੁਡਵਾਰੀਆਂ ਦੇ ਅਜਾ ਤਹਾ ਮ ਸ਼ੁਰੂ ਹੋਣ ਦੇ ਮੌਕੇ ਪਰ ਸਿਹਤ ਮੰਤਰਾਲੇ ਨੇ ਜਾਜੇ ਤੇ ਸਿਰਕਸ਼ਾ ਯਾਤਰਾ ਕਰਨ ਵਾਲੇ ਦੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇੰਦੇ ਮੁਤਾਬਕ ਸਾਰੇ ਯਾਤਰੀਂ ਗੀ ਆਪਣੇ ਮੋਬਾਈਲ ਉਪਰ आरई आरोग्य सेतु ऐप डाउनलोड करना होगा सारे प्रदेशों की जो गए अड्डे रेलवे स्टेशन बस अड्डे पर थर्मल स्क्रीनिंग की जांच की जा अलावा सारे य्रि जहज या गड्डी चढ़ने से पहले यह सुनिश्चित करना होगा जो यात्रा पूरी होने के बाद लाजमी तौर पर चौदह दिनों क्वारंटीन रौगन एदवा कोविड नाइन्टीन का नमूना नेगेटिव पाया जन्दा है ता इस सूरत यु अगले सत् दिन तोड़ी आपू अपनी निगरानी चर अंदर क्वारंटीन की खुल दी सकती है जे ਕਰ ਪਰਤੀ ਕੋਈ ਲਕਸ਼ਣ ਸਹੀ ਹੋਣ ਦੇ ਨਾ ਤਾਂ ਉਹਨੇ ਕੀ ਆਪਣੇ ਪ੍ਰਦੇਸ਼ ਜਾਂ ਫਿਰ ਰਾਸ਼ਟਰੀ ਸਤਾ ਦੇ ਨਿਗਰਾਨ ਕਾਲ ਸੈਂਟਰ ਕਨੇ ਰਾਬਤਾ ਕਰਨਾ ਹੋਗ ਯਾਤਰਾ ਸ਼ੁਰੂ ਹੋਣੇ ਸ਼ਹਿ ਪਹਿਲੇ ਯਾਤਰੀਆਂ ਕੀ ਟਿਕਟ ਦੇ ਕਰਨੇ ਕੇ ਦਿਸ਼ਾ ਨਿਰਦੇਸ਼ਨ ਦੀ ਸੂਚੀ ਵੀ ਸਰਬੰਧਿਤ ਏਜੰਸੀਆਂ ਸਿਆ ਉਪਲਬਧ ਕਰਵਾਈ ਜਾਗ ਫਰਮਲ ਸਕਰੀਨਿੰਗ ਦੇ ਬਾਦ ਕੋਵਿਡ ਦੇ ਲਕਸ਼ਣ ਨਹੀਂ ਹੋਣੇ ਮਗਰ ਹੈ ਯਾਤਰੀਆਂ ਕੀ ਜਾਣੇ ਦੀ ਅਨੁਮਤੀ ਹੋਗ ਜੰਮੂ ਕਸ਼ਮੀਰ ਦੀ ਕੀਜੀਵਾਈ ਸੇਵਾ ਦੇ ਦੁਬੇ ਤੌਰਾ ਪਰ ਬਾਲ ਹੋਆ ਕਰਦੀ ਹੈ ਤੇ ਅੱਜ ਨੌ ਦਵਾਰੀਆਂ ਦੇ ਸਿਨਗਰ ਹਵਾਈ ਅੱਡੇ ਪਰ ਪੁੱਜਣ ਦੀ ਮੇਦ ਹੈ ਜੰਦੇ ਰੋਜ਼ ਸਰਕਾਰ ਦੇ ਪ੍ਰਧਾਨ ਸਚਿਵ ਧੀਰਜ ਗੁਪਤਾ ਜਿਨੇ ਕੀ ਇਹਨੇ ਪ੍ਰਬੰਧਨ ਦੀ ਦਿੱਖਸੁਨ ਕਰਨ ਲਈ ਨੋਡਲ ਅਫਸਰ ਬਣਾਇਆ ਗਿਆ ਹੈ ਉਹਨੇ ਹਵਾਈ ਅੱਡੇ ਪਰ ਕੀਤੀ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਤਾ ਉਹਨੇ ਯਾਤਰੀਆਂ ਦੀ ਅਗਵਾਨੀ ਕਰਨੇ ਤੇ ਉੱਥੇ ਲਈ उपलब्ध सुविधाएं समीक्षा की भी समीक्षा थी आपदा प्रबंधन कानून तहत इथे पुजने आर कुसा की संस्थागत क्वारंटीन च बख नखेड़िए निगरानी हेठ जाग इंती कोविड जांच ले लैते जाने नमूने की शेरे कश्मीर इंस्टीट्यूट ऑफ मेडिकल संसिज सौराजे जाग रिपोर्ट नेगेटिव आने पर उपने पॉजिटिव आने पर सीधे अस्पताल भेजा जाग भारत ने ईद दौरान अफगानिस्तान च त्रं दिन संघर्ष विराम के समझौते का स्वागत किया है विदेश मंत्रालय ने आख्या भारत की मद है जे इस संघर्ष विराम की और अ बदाया जाय कोरोना महामारी कारण बने दे गंभीर मनुखी संकट की देखते हुए इस स्थायी बनाया जाग विदेश मंत्रालय ने शांति सुरक्षा सम्प्रभुता समृद्धि संघर्ष भारत अफगानिस्तान है किश्तवाड़ किश्वाड़ जिला विकास कमिश्नर रजिंद्र सिंह तारा हमें आखने पर कल शिनाखत के प्रवासी मजूरें दुए की आत्मनिर्भर भारत स्कीम तहत राशन कूपन बंटने का काम शुरू किया गया तहत हर परिवार मई ते जून महीने लिए दस किलो चौल किलो दल दी जाश्तवाड़ तहसीलदार जानकारी दी आत्मनिर्भर श्रम ਕੂਪਨ ਸਕੀਮ ਵੀਪਾਰ ਸਰਕਾਰ ਨੇ ਸ਼ੁਰੂ ਕੀਤੀ ਹੈ ਜਿਹਦੇ ਤਹਿਤ ਬਖ ਭਖ ਥਾਰੇ ਡਕੋਏ ਦੇ ਪ੍ਰਵਾਸੀ ਮਜ਼ਦੂਰਾਂ ਗੀਤੇ ਉਹ ਨਿਲੋੜਬੰਦ ਲੋਕਗੇ ਰਾਸ਼ਨ ਹਾਸਲ ਕਰਨ ਲਈ ਕੂਪਨ ਯਾਨੀ ਪਰਚੀਆਂ ਦਿੱਤੀਆਂ ਜਾਕਰ ਦਿਨ ਜਿਨੇ ਕੀ ਦਸੀਏ ਇਹ ਲੋਕ ਚੌਲ ਤੇ ਦਾਲੀ ਹਾਸਲ ਕਰ ਸਕਦੇ ਨੇ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਪ੍ਰਸਾਰਣ ਆਰਟੋ ਬਾਕੀ ਦੀਆਂ ਖਬਰਾਂ ਕਰਨੇ ਚੰਦਰਕਾਂਤ ਸ਼ਰਮਾ ਜੰਮੂ ਕਸ਼ਮੀਰ ਵਿੱਚ ਕੱਲ ਕੋਵਿਡ-19 ਦੇ ਬੁੰਜਾ ਨਵੇਂ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ ਜਿਹਦੇ ਮਗਰੋਂ ਕੁੱਲ ਪੋਜ਼ਿਟਿਵ ਮਾਮਲੇ ਦੀ ਗਿਣਤੀ 1621 ਹੋ ਗਈ ਹੈ ਨਵੇਂ ਮਾਮਲੇ ਸਾਬਾਈ ਜੰਮੂ ਤੇ ਤ੍ਰੀ ਕਸ਼ਮੀਰ ਪ੍ਰਾਂਤਮਨ ਇਨੇ 621 ਮਾਮਲੇ ਸਾਬਾ 797 ਸਕਰੀਏ ਮਾਮਲੇ ਜਿਸ ਲਈ ਕਿ 809 ਜਨੇ ਨਰੋਏ ਗਏ ਦਿਨ ਤੇ 21 ਜਨੇ ਦੀ ਅਜੇ ਥੋੜੀ ਇਸ ਲਾਗਾ ਕਾਰਨ ਮੌਤੇ ਗਈ ਹੈ 35 ਹੋਰ ਮਰੀਜ਼ੇ ਕੀ ਨਰੋਏ ਉਹਨੇ ਮਗਰੋਂ ਕੱਲ ਜੰਮੂ ਕਸ਼ਮੀਰ ਦੇ ਬਕਵਕ ਹਸਪਤਾਲ ਨੇ ਥਮਾ ਛੁੱਟੀ ਦੇ ਦਿੱਤੀ ਗਈ ਤੋਹੀਂ ਪਿਛਲੇ 24 ਘੰਟੇ ਦਰਨ 697 ਨਵੇਂ ਮਾਮਲੇ ਆਉਣੇ ਕਨੇ ਦੇਸ਼ ਵਿੱਚ ਕੋਵਿਡ-19 ਦੇ ਕੁੱਲ ਮਾਮਲੇ ਦੀ ਗਿਣਤੀ 138845 ਹੋ ਗਈ ਹੈ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦਾ ਆਖਣਾ ਹੈ ਜੇ ਇੰਦੇਸ਼ਾ 70103 ਸਕਰੀਏ ਮਾਮਲੇ ਸਤੰਜ 7221 ਮਰੀਜ਼ ਨਰੋਏਗੇ ਦਿਨ ਤੇ ਕੋਵਿਡ-19 ਦੇ ਮਰੀਜ਼ਾਂ ਦੇ ਨਰੋਏ ਹੋਣੇ ਦੀ ਦਰ ਉਨ ਹੋਰ ਬਿਹਤਰ ਹੋਈ ਹੈ 44.28% ਤੋਈ ਗਈ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਦੇਸ਼ਾਂਚੇ 154 ਜਣੇ ਦੀ ਇਸ ਲਾਗਾਕਾਰਨ ਮੌਤ ਹੋਈ ਹੈ ਤੇ ਅਜੇ ਤੋੜੀ ਕੁੱਲ 4021 ਜਣੇ ਇਸ ਲਾਗਾਕਾਰਨ ਦੇਸ਼ਾਂਚ ਮਾਰੇ ਗੇਨ ईद उल फित्र ਦਾ ਤਿਉਹਾਰ ਅੱਜ ਸਾਰੇ ਦੇਸ਼ਾਂ 'ਚ ਮਨਾਇਆ ਜਾ ਰਿਹਾ ਹੈ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਮੁਕਨੇ ਉੱਪਰ ਇਹ ਤਿਉਹਾਰ ਮਨਾਇਆ ਜਾਂਦਾ ਹੈ ਜੰਮੂ ਕਸ਼ਮੀਰ ਤੇ ਕੇਰਲ 'ਚ ਈਦ ਕੱਲ ਮਨਾਇ ਗਈ ਸੀ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ سید ਅਹਿਮਦ ਬੁਖਾਰੀ ਅਤੇ ਆਖਿਆਜੇ ਮੌਜੂਦਾ ਸਮੇਂ 'ਚ ਸਾਰੀ ਇਨਸਾਨੀਅਤ ਕੇ ਕੋਰੋਨਾ ਵਾਇਰਸ ਦੇ ਸੰਕਟ ਦਾ ਸਾਹਮਣਾ ਕਰਨਾ ਪਵਰਦਾ ਹੈ। ਉਹਨੇ ਲੋਕਾਂ ਕੀ ਅਪੀਲ ਕੀਤੀ ਹੈ ਜੇ ਲਾਕਡਾਊਨ ਦੀਆਂ ਸਰਕਾਰੀ ਇਦਾਇਤਾਂ ਦੀ ਖਰੇ ਚਾਲੀ ਪਾਲਮਾ ਕਰਨ ਤੇ ਜਿਹਾਂ ਅਜੇ ਤੋੜੀ ਲਾਕਡਾਊਨ ਦੌਰਾਨ ਆਪਣੇ ਘਰੇ ਥਮੇਗਾ, ਨਮਾਜ਼ ਅਦਾ ਕਰਾਰ ਦਿਨ ਇਆਂ ਗਏ ਹੁਣ ਵੀ ਕਰਦੇ ਰohn ਤਾਂ ਜੇ ਕੁਸਾ ਚਾਲੀ ਦੀ ਕੋਈ ਵੀ ਪਰੇਸ਼ਾਨੀ, ਕੁਸਾ ਕੀ ਵੀ ਨਹੀਂ ਚਲਣੀ ਪਵੇ। ਕਈ ਹੋਰ ਉਲੇਮਾਏ ਵੀ ਲੋਕਾਂ ਕੀ ਅਪੀਲ ਕੀਤੀ ਹੈ ਜੇ ਮੁਸ਼ਕਲ ਦੀ ਇਸ ਘੜੀ ਚ ਸਮਾਜੀ ਛਿੰਡਾ ਬਣਾਈ ਰੱਖਣ ਤੇ ਇੱਕ ਦੂਏ ਕਨੇ ਹੱਥ ਮਿਲਾਣੇ ਜਾਂ ਗਲੇ ਮਿਲਣੇ ਸਾਰ ਪੂਰੀ ਚਾਲੀ ਪਰੇਸ਼ ਕਰਨ ਖੁਸ਼ਬਾ ਇਹ ਪਹਿਲੀ ਵਾਰੀ ਹੈ ਜਿਸ ਲਈ ਦੇਸ਼ਾ ਦੀਆਂ ਮਸਜਿਦਾਂ ਤੇ Eidਗਾਹਾਂ ਚ ਕਿਥਿਓ ਇਹ ਨਮਾਜ਼ ਨਹੀਂ ਅਦਾ ਕੀਤੀ ਜਾਦੀ ਕਿ ਜੇ ਕੋਵਿਡ 19 ਮਹਾਮਾਰੀ ਕਾਰਨ ਬਣਦੇ ਅਲਾਚ ਸਾਰੀ ਧਾਰਮਿਕ ਥਾਰਿਆਂ ਪਰ ਲੋਕਾਂ ਦੇ ਕਿਥਿਓ ਨੇ ਪਰ ਅੱਗੇ ਗੇ ਬੰਦੀਸ਼ਾਂ ਲਾ ਦਿੱਤੀ ਗੇਦੀਆਂ ਤਾਂ ਜੇ ਕਰੋਨਾ ਵਾਇਰਸ ਕੀ ਔਰ ਫੈਲਣ ਸੇ ਰੋਕੇ ਜਾ ਸਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਹੋਰੇ ਈਦ ਉਲ ਫਿਤਰ ਉਪਰ ਦੇਸ਼ ਵਾਸੀਆਂ ਦੀ ਸ਼ੁਭ ਕਾਮਨਾ ਦਿੱਤੀਆਂ ਨੇ ਰਾਸ਼ਟਰਪਤੀ ਹੋਰੇ ਈਦ ਦੇ ਤਿਹਾਰ ਦੀ ਇਰਖ ਪ੍ਰੇਮ ਸ਼ਾਂਤੀ ਭਾਈਚਾਰੇ ਤੇ ਸੋਹਾਰਦ ਦਾ ਪ੍ਰਤੀਕ ਦੱਸਿਆ ਹੈ ਸ਼੍ਰੀ ਕੋਵਿੰਦ ਹੋਰੇ ਲੋਕਾਂ ਦੀ ਕੋਵਿਡ-19 ਦੇ ਸੰਕਟ 'ਚ ਮਨੁੱਖੀ ਸੇਵਾ ਦੀ ਭਾਵਨਾ ਦੀ ਹੋਰ ਮਜ਼ਬੂਤ ਬਣਾਈ ਰੱਖਣ ਦਾ ਆਹਵਾਨ ਕੀਤਾ ਉਪਰਾਸ਼ਪਤੀ ਐਮ ਵਿੰਕਈਆ ਨਾਇਡੂਰੇ ਆਖਿਆ ਜੇ Eid ਦਾ ਤਿਹਾੜੇ ਸਮਾਜ ਚ ਦਇਆ, ਦਾਨ ਤੇ ਦੂਜੇ ਦੀ ਭਲਾਈ ਦੀ ਭਾਵਨਾ ਕੀ ਮਜ਼ਬੂਤ ਕਰਦਾ ਹੈ। ਸ਼੍ਰੀ ਨਾਇਡੂਰੇ ਆਖਿਆ ਜੇ ਸੰਕਟ ਦੀ ਇਸ ਘੜੀ ਚ ਲੋਕਾਂ ਕੀ ਕੋਈ ਵੀ ਤਿਥੀ ਤਿਹਾੜ ਸਮਾਜਿਕ ਦੂਰੀ ਤੇ ਸਫਾਈ ਦੇ ਨਿਯਮੇ ਦਾ ਪਾਲਣ ਕਰਦੇ ਹੋਏ ਮਨਾਇਆ ਜਾਣਾ ਚਾਹੀਦਾ ਹੈ। ਉਹਨੇ ਮੇਜਿਤਾਈ ਜੇ Eid ਦਾ ਪਾਵਨ ਤਿਹਾੜ ਸਾਰੇ ਲੋਗ ਦਇਆ ਤੇ ਇੱਕ ਦੂਜੇ ਪ੍ਰਤੀ ਦਇਆ ਤੇ ਇੱਜ਼ਤ ਮਾਨਣ ਦੀ ਭਾਵਨਾ ਕਰਨੇ ਮਨਾੰਗਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਵੀ Eid ul Fitr ਉਪਰ ਦੇਸ਼ ਵਾਸੀਆਂ ਕੀ ਸ਼ੁਭ ਕਾਮਨਾ ਦਿੱਤੀਆਂ ਉਹਨੇ ਮੇਦ ਬੁਜੀਏ ਜੇ Eid ਦੇ ਇਸ ਪਾਵਨ ਤਿਹਾਰ ਉਪਰ ਆਪਸੀ ਇਰਕ ਪ੍ਰੇਮ ਸ਼ਾਂਤੀ ਭਾਈਚਾਰੇ ਦੀ ਭਾਵਨਾ ਹੋਰ ਵੀ ਮਜ਼ਬੂਤ ਹੋ ਉਹਨੇ ਮੇਜ ਜਿਤਾਈਏ ਜੇ Eid ਦਾ ਪਾਵਨ ਤਿਹਾਰ ਸਾਰੇ ਲੋਕ ਦਿਆ ਤੇ ਇੱਕ ਦੂਜੇ ਪ੍ਰਤੀ ਮਾਨਨ ਦੀ ਭਾਵਨਾ ਕਰਨੇ ਮਨਾਗਨ ਉਹਨੇ ਸਭਨੇ ਦੇ ਨਰੋਏ ਰੌਣੇ ਦੀ ਵੀ ਕਾਮਨਾ ਕੀਤੀ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸੈਦ احمد ਬੁਖਾਰੀ ਹੋਰੇ ਆਖਿਆ ਜੇ ਮੌਜੂਦਾ ਸਮੇਂ ਚ ਸਾਰੀ ਇਨਸਾਨੀਅਤ ਗੀ ਕਰੋਨਾ ਵਾਇਰਸ ਦੇ ਸੰਕਟ ਦਾ ਸਾਹਮਣਾ ਕਰਨਾ ਪਾਵਰਦਾ ਹੈ ਉਹਨੇ ਸਾਰੇ ਲੋਕਾਂ ਕੀ ਅਪੀਲ ਕੀਤੀ ਜੇ ਸੰਕਟ ਦਾ ਸਾਹਮਣਾ ਕਰਨ ਲਈ ਉਹ ਸਰਕਾਰ ਦੀ ਮਦਦ ਕਰਨ ਉਹਨੇ ਮੁਸਲਮ ਬਰਾਦਰੀ ਦੇ ਲੋਕਾਂ ਕੀ ਚੇਚੇਤ ਉਪਰ ਆਖਿਆ ਜੇ ਉਹ ਲਾਕਡਾਊਨ ਦੀਆਂ ਸਰਕਾਰੀ ਇਦਾਇਤਾਂ ਦੀ ਖਰੀ ਚਾਲੀ ਪਾਰਮਾ ਕਰਨ ਤੇ ਜਿਨ੍ਹਾਂ ਅਜੇ ਤੋੜੀ ਲਾਕਡਾਊਨ ਦੌਰਾਨ ਆਪਣੇ ਘਰਾਂ ਚ ਗਏ ਨਮਾਜ਼ ਅਦਾ ਕਰਦੇ ਆਇਨ ਇਆਂ ਗਏ ਹੁਣ ਵੀ ਕਰਦੇ ਰਹਿਣ ਤਾਂ ਜੇ ਕੁਸਾ ਕੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇ ग्रामीण लोक आईदी सुरक्षा की यकीनी बनाने ਲਈ ਪੂਰਵ ਚ ਜ਼ਿਲ੍ਹੇ ਚ ਗ੍ਰਾਂ ਸਤਾਦੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕੋਵਿਡ 19 ਵਾਲੀ ਲਾਗਾ ਕੀ ਫੈਲਣ ਸ਼ਾ ਰੋਕਿਆ ਜਾਇ ਸਕੇ ਤੇ ਇਹਦੇ ਨੇ ਨਿਭਣ ਨੇ ਦਾ ਪ੍ਰਬੰਧ ਵੀ ਖਰੇ ਚਾਲੀ ਹੋਈ ਸਕੇ ਇਹਨੇ ਕਮੇਟਿੰਗੀ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਜੇ ਉਹ ਲੋਕੇ ਕਸ ਜਾਈਏ ਉਹਨੇ ਕੀ ਕਰੋਨਾ ਵਾਇਰਸ ਬਾਰੇ ਜਾਗਰੂਕ ਬਣਾਉਣ ਤੇ ਉਹਨੇ ਜ਼ਰੂਰੀ ਉਪਾਏ ਤੇ ਇਹਤਿਆਤਾਂ ਬਾਰੇ ਦੱਸਣ ਜਿਨੇ ਕੀ ਅਪਣਾਈਏ ਇਸ ਖਤਰਨਾਕ ਬਿਮਾਰੀ ਸ਼ਾ ਬਚਾ ਜਾਇ ਸਕਦਾ ਹੈ ਇਹਦੇ ਇਲਾਵਾ ਇੰਦਾ ਕੰਮ ਲੋਕੇ ਬਾਰੇ ਇਹ ਜਾਣਕਾਰੀ ਵੀ ਇਕੱਠਾ ਕਰਨਾ ਹੈ ਜੇ ਪਿਛਲੇ ਕਸ਼ਮੀਰ ਦੇ ਦੌਰਾਨ ਉਹ ਕੁਤੂ ਕੁਤੁੰਦਾ ਇਹ ਆਇਦਨ ਇਹ ਕਮੇਟੀਆਂ ਕਰ ਕਰ ਜਈਏ ਇਹ ਕੰਮ ਕਰਰਦੀਆਂ ਨੇ ਇਹਨਾਂ ਕਮੇਟੀਆਂ ਦੇ ਮੈਂਬਰੇ ਜ਼ਿਲ੍ਹੇ ਦੇ ਖਾਨਾ ਬਦੋਸ਼ ਤਬਕੇ ਦੇ ਲੋਕਾਂ ਕੇ ਨੇ ਵੀ ਰਾਬਤਾ ਬਣਾਈ ਰੱਖੇਦਾ ਹੈ ਕਿਸ਼ਤਵਾਰ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਜਿੰਦਰ ਸਿੰਘ ਤਾਰਾ ਦੇ ਨਿਰਦੇਸ਼ਾਂ ਪਰ ਮਹਿਲਾ ਤੇ ਜ਼ਿਲ੍ਹਾ ਸਤਾ ਦੇ ਮਹਿਲਾ ਸ਼ਕਤੀ ਕੇਂਦਰ ਕਿਸ਼ਤਵਾਰ ਨੇ ਲੋਕਾਂ ਦੇ ਕਰ ਕਰ ਜਈਏ ਮਹਿਲਾਇਆਂ ਕੀ ਉੰਦੀ ਮਦਦ ਲਈ ਖੋਲੇ ਗਏ ਹੈਲਪਲਾਈਨ 181 ਦੇ ਬਾਰੇ ਚ ਦੱਸਿਆ ਦਸਾਇਆ ਇਸ ਤਰ੍ਹਾਂ ਉਹਨੇ ਕੀਤਾ ਸਹਿਯਾਰਦਾ ਹੈ ਜੇ ਕਿਸ਼ਚਲੀ ਕੁਸਾ ਵੀ ਸੰਕਟ ਜਾਂ ਵਿਤਾਦੀ ਕੜੀ ਚ ਮਦਦ ਲਈ ਉਹ ਇਸ ਐਲਪਲੈਨਕ ਨੇ ਸੰਪਰਕ ਕਰ ਸਕਦੀਆਂ ਨੇ ਇਸ ਬਾਰੇ ਕਲਕਰਦੇਈ ਮਹਿਲਾ ਕਲਿਆਣ ਅਧਿਕਾਰੀ ਰੁਹੀ ਸ਼ਮਾਵਰੇ ਦੱਸਿਆ ਜੇ ਮਹਿਲਾਇਨ ਕਨੇ ਕੁਸਾ ਵੀ ਚਾਲੀ ਦੀ ਇਨਸਾਨ ਮਾਰਕਟਾਈਜਾ ਜਾਤੀਓ ਨੀ ਦੇ ਸੁਰੱਖੇ ਇੱਕ ਆਠੇਕ ਜੈਨੀ 181 ਨੰਬਰ ਡਾਇਲ ਕਰੀਏ ਤੁਰੰਤ ਮਦਦ ਅਸਲ ਕੀਤੀ ਜਾ ਸਕਦੀ ਹੈ ਤਿਆਖੀ ਇਹ ਜੋ ਖਾਸ ਖਬਰਾਂ ਇਕ ਫਰੀ ਪੜਤੀ ਹੈ ਮੁਲਖਾ ਚ ਅਜਾ ਥਮਾ ਕਰੇ ਲੋਵਾ ਡਵਾਰੀਆਂ ਮਢਲੇ ਵਾਰ ਟੰਗਾ ਸਿਰ ਸ਼ੁਰੂਆ ਕਰਦੀਆਂ ਨਾ ਯਾਤਰੀ ਦੇ ਪੂਰੀ 40 ਸੁਰੱਖਿਟ ਟੰਗਾ ਸਿਰ ਆਉਣੇ ਜਾਣੇ ਲਈ ਲੋੜ ਤੇ ਸਭਿਆ ਬੰਦੋਬਸ ਕਰਾਤੇ ਕੇ ਦਿਨ ਨਾ ਜੰਮੂ ਕਸ਼ਮੀਰ ਸਰਕਾਰੇ ਲਾਕਡਾਊਨ ਦੇ ਚੱਲਦੇ ਮੁਲਕ ਦੇ ਬਾਗ-ਬਾਕ ਪਾਸੇ ਜੋ ਫਸੇ ਦੇ 90000 ਕੁੱਲ ਮਤੇ ਨਾਗਰਿਕਾਂ ਕੀ ਵਾਪਸ ਆਂਦਾ ਹੈ ਜੰਮੂ ਕਸ਼ਮੀਰ ਚ ਕੋਵਿਡ 19 ਦੇ ਬੁੰਜਾ ਹੋਰ ਮਾਮਲੇ ਸਾਹਮਣੇ ਆਇਨ ਤੇ ਮੁਲਕ ਪਰੇ ਚ ਈਦੁਲ ਫਿਤਰ ਦਾ ਤਿਆਰ ਅੱਜ ਮਨਾਇਆ ਜਾ ਰਦਾ ਹੈ ਰਾਸ਼ਟਰਪਤੀ ਉਪਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹੋਰੇ ਇਸ ਮੌਕੇ ਲੋਕਾਂ ਕੀ ਸ਼ੁਭ ਕਾਮਨਾ ਦਿੱਤੀਆਂ ਨ ਇਹ ਦੇ ਕੰਨੇਗੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ